सेंसर बोर्ड या सरकार जो ये फिल्मां पास करते हैं इन्हां ते बैन लगना चाहिए। हरिया धार्मिक भावां भड़काईयां हैं इन्हां ते बहाने कानूनी कार्रवाई की जाए। ਅਸੀਂ ਸ਼ਰੇਆਮ ਕਿਸੇ ਦੇ ਧਾਰਮਿਕ ਚਿੰਨ੍ਹਾਂ ਨੂੰ ਕਕਾਰਾਂ ਨੂੰ ਵਰਤ ਕੇ ਉਸ ਆਪਾਂ ਧਰਮ ਨੂੰ ਦਮਾ ਖਿਲਵਾੜ ਕਰਾਂਗੇ। ਖਾਲਸਾਈ ਰਵਾਇਤਾਂ ਅਨੁਸਾਰ ਆਪ ਡਿਸੀਜਨ ਲੈਂਦਾ ਵਾ, ਉਹ ਨਾ ਸਾਨੂੰ ਕਿਤੇ ਕਰਨਾ ਪੈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ ਨੀਟੂ, ਸਿੱਖ ਤਾਲਮੇਲ ਕਮੇਟੀ ਜਲੰਧਰ ਤੋਂ ਜੀ। ਇੱਕ ਫਿਲਮ ਆ ਰਹੀ ਹੈ ਯਾਰੀਆਂ 2, ਉਹਦਾ ਇੱਕ ਟੇਲਰ ਜੋ ਸੋਸ਼ਲ ਮੀਡੀਆ 'ਤੇ ਚੱਲਦਾ ਪਿਆ, ਉਹ ਅਸੀਂ ਕੱਲ੍ਹ ਆਪਣੀ ਦੁਕਾਨ 'ਤੇ ਬੈਠੇ ਸੀਗੇ, ਉਹ ਦੇਖਿਆ ਕਿ ਇੱਕ ਹਿੰਦੂ ਬੰਦਾ ਜੋ ਇੱਕ ਫਿਲਮ ਦੇ ਵਿੱਚ ਗਾਣਾ ਫਰਮਾਇਆ ਸੀਗਾ ਉੱਥੇ, ਪਰ ਉਸ ਬੰਦੇ ਨੇ ਸਾਡੇ ਜੋ ਅੰਮ੍ਰਿਤਧਾਰੀ ਸਿੰਘ ਅਸੀਂ ਇੱਕ ਸ਼੍ਰੀ ਸਾਹਿਬ ਜਾਂ ਕਿਰਪਾਨ ਪਹਿਨਦੇ ਹਾਂ, ਉਹ ਸ਼ਖਸ ਨੇ ਉਹ ਕਿਰਪਾਨ ਗਾਤਰੇ ਦੀ ਕਿਰਪਾਨ ਪਾ ਕੇ ਉਹ ਗਾਣਾ ਫਿਲਮਾਇਆ, ਜੋ ਸਾਨੂੰ ਬਹੁਤ ਹੀ ਸਾਡੀ ਸਿੱਖੀ ਦੇ ਕਕਾਰਾਂ ਦੀ ਉਹਨਾਂ ਨੇ ਬੇਦਬੀ ਕੀਤੀ ਹੈ, ਕਾਂਡ ਕੀਤਾ ਹੈ, ਮਨ ਨੂੰ ਬਹੁਤ ਠੇਸ ਪਹੁੰਚੀ। ਉਸ ਦੇ ਸੰਬੰਧ ਵਿੱਚ ਅਸੀਂ ਡਿਵੀਜ਼ਨ ਨੰਬਰ 4 ਵਿੱਚ ਜਲੰਧਰ ਵਿੱਚ ਕੰਪਲੇਂਟ ਲਿਖ ਕੇ ਦਿੱਤੀ ਕਿ ਸਾਰੀਆਂ ਧਾਰਮਿਕ ਭਾਵਾਂ ਭੜਕਾਈਆਂ ਹਨ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨ ਨੇ ਸਾਡੀ ਬੇਨਤੀ ਨੂੰ ਮੰਨਦਿਆਂ ਹੋਇਆਂ ਉਸ ਫਿਲਮ ਦੇ ਜੋ ਐਕਟਰ ਜਿਹਨੇ ਕੁਰਬਾਨ ਪਾਈ ਸੀਗੀ ਨਿਜਾਨ ਜਾਫਰੀ, ਉਹਦੇ 'ਤੇ 295A ਦਾ ਪਰਚਾ ਕੀਤਾ ਹੈ। ਜੋ ਇਸ ਦੇ ਵਿੱਚ ਡਾਇਰੈਕਟਰ ਹਨ ਰਾਧਿਕਾ ਰਾਓ ਅਤੇ ਵਿਨੇ ਸਪਰੂ, ਜਿਨ੍ਹਾਂ ਨੇ ਇਹ ਕੰਮ ਕਰਵਾਇਆ ਹੈ, ਇਹਨਾਂ 'ਤੇ ਵੀ 295A ਦਾ ਪਰਚਾ ਦਰਜ ਕਰਵਾਇਆ। ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਜੋ ਸੈਂਸਰ ਬੋਰਡ ਜਾਂ ਸਰਕਾਰ ਜੋ ਇਹ ਫਿਲਮਾਂ ਪਾਸ ਕਰਦੇ ਹਨ ਇਹਨਾਂ 'ਤੇ ਬੈਨ ਲੱਗਣਾ ਚਾਹੀਦਾ ਹੈ ਕਿ ਹਾਂ ਵੀ ਜੋ ਕਿਸੇ ਵੀ ਧਰਮ ਦੇ ਧਾਰਮਿਕ ਚਿੰਨ੍ਹ ਹੋਣ ਉਹਨਾਂ ਨੂੰ ਇਹਨਾਂ ਫਿਲਮਾਂ 'ਚ ਨਹੀਂ ਵਰਤਣਾ ਚਾਹੀਦਾ, ਜੋ ਸਾਡੀਆਂ ਜਾਂ ਸਿੱਖਾਂ ਦੀਆਂ ਜਾਂ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਆਦਿ ਹੁੰਦੀਆਂ ਹਨ, ਇਹਨੇ ਇਸ ਨੂੰ ਯੂਜ਼ ਕਰਕੇ ਇਹ ਹਾਈਲਾਈਟ ਹੁੰਦੇ ਹਨ। ਅਸੀਂ ਅਕਾਲ ਤਖਤ ਸਾਹਿਬ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਵੱਲੋਂ ਇੱਕ ਰਿਪੋਰਟ ਬਣਾ ਕੇ ਭੇਜੋ ਇਹਨਾਂ ਸਰਕਾਰ ਨੂੰ ਜਾਂ ਸੈਂਸਰ ਬੋਰਡ ਨੂੰ। ਕੋਈ ਵੀ ਸਿੱਖੀ ਕਕਾਰਾਂ ਉੱਤੇ ਕੋਈ ਵੀ ਫਿਲਮ ਬਣਾਉਣੀ ਹੈ ਉਹ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਪਰਮਿਸ਼ਨ ਲਈ ਜਾਵੇ, ਤਾਂ ਹੀ ਇਹੋ ਜਿਹੇ ਗੱਲਾਂ ਵਿੱਚ ਉਹ ਤੁਸੀਂ ਫਿਲਮ 'ਚ ਦਿਖਾਓ, ਨਾ ਕਿ ਅਸੀਂ ਸ਼ਰੇਆਮ ਕਿਸੇ ਦੇ ਧਾਰਮਿਕ ਚਿੰਨ੍ਹਾਂ ਨੂੰ ਕਕਾਰਾਂ ਨੂੰ ਵਰਤ ਕੇ ਉਸ ਆਪਾਂ ਧਰਮ ਨੂੰ ਦਮਾ ਖਿਲਵਾੜ ਕਰਾਂਗੇ। ਇਹੋ ਜਿਹਾ ਕੰਮ ਅਸੀਂ ਸਿੱਖ ਤਾਲਮੇਲ ਕਮੇਟੀ ਵੱਲੋਂ ਬਿਲਕੁਲ ਵੀ ਨਹੀਂ ਹੋਣ ਦਿਆਂਗੇ। ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਅਤੇ ਸੈਂਸਰ ਬੋਰਡ ਇਹੋ ਜਿਹੀਆਂ ਫਿਲਮਾਂ 'ਤੇ ਬੈਨ ਲਾਵੇ। ਡਿਵੀਜ਼ਨ ਨੰਬਰ 4 ਜਲੰਧਰ ਵਿੱਚ ਪਰਚਾ ਦਰਜ ਹੋਇਆ ਹੈ ਕਿ ਜੋ ਧਾਰਾ 295A ਲੱਗੀ ਹੈ, 4 ਬੰਦਿਆਂ 'ਤੇ ਪਰਚਾ ਦਰਜ ਹੈ ਜੀ, ਜਿਹਦੇ ਵਿੱਚ ਹੈਗਾ ਨਿਜਾਨ ਜਾਫਰੀ ਅਤੇ ਡਾਇਰੈਕਟਰ ਰਾਧਿਕਾ ਰਾਓ ਅਤੇ ਵਿਨੇ ਸਪਰੂ, ਇਹਨਾਂ ਉੱਤੇ ਬਾਈ ਨੇ ਪਰਚਾ ਦਰਜ। ਇਹ ਜੋ ਇਹ ਵਾਰ ਵਾਰ ਇਹੋ ਜਿਹਾ ਫਿਲਮਾਂ 'ਚ ਹੁੰਦਾ ਪਿਆ ਵਾ, ਇਹ ਬਹੁਤ ਗਲਤ ਕੰਮ ਹੈ। ਜੇ ਸਰਕਾਰ ਨੇ ਇਹੋ ਜਿਹਾ ਬੈਨ ਨਾ ਲਾਇਆ ਤਾਂ ਜੋ ਸਿੱਖ ਖਾਲਸਾਈ ਰਵਾਇਤਾਂ ਅਨੁਸਾਰ ਆਪ ਡਿਸੀਜਨ ਲੈਂਦਾ ਵਾ, ਉਹ ਨਾ ਸਾਨੂੰ ਕਿਤੇ ਕਰਨਾ ਪੈ ਜਾਵੇ। ਅਸੀਂ ਸਰਕਾਰ ਨੂੰ ਚਾਹੁੰਦੇ ਹਾਂ, ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਸੈਂਸਰ ਬੋਰਡ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਇਹੋ ਜਿਹੀਆਂ ਫਿਲਮਾਂ 'ਤੇ ਬੈਨ ਲਾਓ। ਕੱਲ੍ਹ ਸ਼੍ਰੀ ਹਰਪ੍ਰੀਤ ਸਿੰਘ ਨੀਟੂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਹੈਗੇ ਨੇ ਸਾਡੇ ਜਲੰਧਰ ਦੇ, ਉਹਨਾਂ ਨੇ ਕੱਲ੍ਹ ਇੱਕ ਡਿਵੀਜ਼ਨ ਨੰਬਰ 4 ਦੇ SHO ਨੇ ਕੰਪਲੇਂਟ ਦਿੱਤੀ ਸੀਗੀ ਕਿ ਇੱਕ ਮੂਵੀ ਹੈਗੀ ਹੈ ਯਾਰੀਆਂ 2 ਜਿਹੜੀ ਕਿ ਰਿਲੀਜ਼ ਹੋਈ ਨਹੀਂ ਹਜੇ ਹੋਣੀ ਹੈ, ਉਹਦੇ ਵਿੱਚ ਸਿੱਖ ਧਰਮ ਦੀਆਂ ਧਰਮ ਦੇ ਖਿਲਾਫ ਕੁਛ ਇੱਕ ਜਿਹੜਾ ਸੌਂਗ ਹੈਗਾ ਉਹਦੇ ਵਿੱਚ ਇੱਕ ਵਾਲ ਕੱਟਿਆਂ ਵਾਲਾ ਨੌਜਵਾਨ ਜਿਹੜਾ ਹੈਗਾ ਇੱਕ ਗੀਤ ਗਾਉਂਦਾ, ਔਰ ਸਿੱਖ ਜਥੇਬੰਦੀਆਂ ਨੇ ਈਵਨ ਕਿ ਸਿੱਖ ਸਮਾਜ ਨੇ ਉਹਦਾ ਜਿਹੜਾ ਰੋਲ ਹੈਗਾ ਐਕਟਰ ਦਾ ਉਹਦੇ ਉੱਤੇ ਓਬਜੈਕਸ਼ਨ ਕੀਤਾ ਹੈਗਾ ਕਿ ਜਿਹੜਾ ਇਹ ਰੋਲ ਆ ਇਹਦੇ ਨਾਲ ਸਿੱਖੀ ਭਾਵਨਾਵਾਂ ਜਿਹੜੀਆਂ ਹੈਗੀਆਂ ਨੇ ਪੂਰੀ ਸਮਾਜ ਦੀ ਹੈ। ਤੋ ਉਹਦੇ ਸੰਬੰਧ ਦੇ ਵਿੱਚ ਕੱਲ੍ਹ SHO ਡਿਵੀਜ਼ਨ 4 ਨੰਬਰ ਵੱਲੋਂ ਇੱਕ FIR ਨੰਬਰ 85 ਅਸੀਂ ਕੱਲ੍ਹ ਦਰਜ ਕੀਤੀ ਹੈ ਜਿਹੜੀ ਕਿ 295A IPC ਦੇ ਤਹਿਤ ਔਰ ਇਸ FIR ਦੇ ਵਿੱਚ ਜੋ ਉਹਨਾਂ ਨੇ ਸਾਨੂੰ ਆਪਣਾ ਸਟੇਟਮੈਂਟ ਰਿਕਾਰਡ ਕਰਾਇਆ ਸੀ ਉਹਦੇ ਅਕੋਰਡਿੰਗਲੀ ਇਹਦੇ ਵਿੱਚ 3 ਜਿਹੜੇ ਹੈਗੇ ਨੇ ਅਸੀਂ ਅਕਿਊਜ ਨੇ ਮੋਬਾਈਲ ਨੇ ਕੀਤੇ ਹੈ। ਪਹਿਲਾ ਅਕਿਊਜ ਹੈਗਾ ਨਿਜਾਨ ਜਾਫਰੀ, ਦੂਸਰਾ ਹੈਗਾ ਵਾ ਰਾਧਿਕਾ ਰਾਓ ਔਰ ਤੀਸਰੇ ਆ ਵਿਨੇ ਸਪਰੂ, ਔਰ ਇਹਨਾਂ ਤਿੰਨਾਂ ਦੇ ਉੱਤੇ ਜਿਹੜੀ ਹੈਗੀ ਹੈ ਇਹ ਮੋਬਾਈਲ ਨੇ ਮੰਗਾਈ ਆ ਦਰਜ।